ਹਾਂਜੀ ਦੋਸਤੋ, ਤੁਸੀਂ ਦੇਖ ਰਹੇ ਹਾਂ ਦਿਆਕਰਨ ਵਲੌਗਸ ਤੇ ਮੈਂ ਇਸ ਟਾਈਮ ਖੜਾ ਜਲੰਧਰ ਬੁੱਕ ਮਾਰਕੀਟ ਦੇ ਵਿੱਚ, ਜਿਹੜੀ ਕਿ ਅੱਡਾ ਟਾਟਾ ਚੌਂਕ ਦੇ ਵਿੱਚੋਂ ਸਟਾਰਟ ਹੋ ਜਾਂਦੀ ਹੈ। ਅਤੇ ਇੱਥੇ ਹਰੇਕ ਤਰ੍ਹਾਂ ਦੀਆਂ ਬੁੱਕਸ ਮਿਲ ਜਾਂਦੀਆਂ ਨੇ, ਤੁਸੀਂ ਸਟੱਡੀ ਰਿਲੇਟਿਡ ਵੀ ਲੈ ਸਕਦੇ ਹੋ, ਲਾਇਬ੍ਰੇਰੀ ਬੁੱਕਸ ਵੀ ਹੈਗੀਆਂ, MBA, ਫਾਰਮੈਸੀ, ਇੰਜੀਨੀਅਰਿੰਗ ਬੁੱਕਸ, ਮਤਲਬ ਸਾਰਾ ਕੁਝ ਇੱਥੇ ਇਹ ਮਾਰਕੀਟ ਵਿੱਚ ਮਿਲਦਾ ਹੈ। ਅਤੇ ਇਸ ਮਾਰਕੀਟ ਕਦੋਂ ਓਪਨ ਹੁੰਦੀ ਹੈ ਅਤੇ ਕਿੱਦਾਂ ਦਾ ਮਟੀਰੀਅਲ ਕਿਹੜੇ ਰੇਟਾਂ 'ਤੇ ਮਿਲਦਾ ਹੈ ਆਪਾਂ ਦੇਖਦੇ ਹਾਂ। ਅੱਜ ਆਪਾਂ ਚੱਲਦੇ ਹਾਂ ਵੈਸੇ ਸਾਰੀ ਮਾਰਕੀਟ ਜਿਹੜੀ ਹੈ ਬੁੱਕ ਮਾਰਕੀਟ ਹੈ। ਅਤੇ ਜਿਹੜਾ ਮਾਰਕੀਟ ਦੇ ਵਿੱਚ ਮੇਨ ਕਿਰਨ ਬੁੱਕ ਸਟੋਰ ਹੈ, ਅਤੇ ਇਹਨਾਂ ਕੋਲ ਕਹਿੰਦੇ ਸਾਰੀਆਂ ਬੁੱਕਸ ਮਿਲ ਜਾਂਦੀਆਂ ਨੇ, ਮਤਲਬ ਟੋਟਲੀ ਮੈਡੀਕਲ ਹੋ ਗਈਆਂ, ਇੰਜੀਨੀਅਰਿੰਗ ਲਾਈਨ ਹੋ ਗਈਆਂ, ਬੁੱਕਸ ਹੋ ਗਈਆਂ, ਮਤਲਬ ਹਰੇਕ ਤਰ੍ਹਾਂ ਦੀ ਵਰਲਡ ਦੀ ਬੁੱਕ ਇਹਨਾਂ ਕੋਲ ਮਿਲ ਜਾਂਦੀ ਹੈ, ਅਵੇਲੇਬਲ ਆ। ਕਾਫੀ ਪੁਰਾਣੀ ਸ਼ੋਪ ਆ, ਮਤਲਬ ਕਿ ਇਹਨਾਂ ਨੇ ਕਾਫੀ ਚਿਰ ਤੋਂ ਹੈ, ਬਾਕੀ ਤੁਸੀਂ ਦੇਖ ਸਕਦੇ ਹਾਂ ਕਾਫੀ ਵੱਡੀ ਹੈ, ਮਤਲਬ 3 ਮੰਜ਼ਿਲੀ ਸ਼ੋਪ ਹੈ ਇਹ। ਅਤੇ ਬਾਕੀ ਇਹਨਾਂ ਕੋਲ ਅੰਦਰ ਚੱਲਦੇ ਹਾਂ, ਦੇਖਦੇ ਹਾਂ ਕਿੰਨੀਆਂ ਕੁ ਬੁੱਕਸ ਨੇ ਅਤੇ ਕਿਹੜੇ ਤਰੀਕੇ ਦੀਆਂ ਮਿਲਦੀਆਂ ਨੇ ਅੱਜ। ਇਹ ਉਹਨਾਂ ਦਾ ਬੇਟਾ ਆ, ਐਕਚੁਅਲੀ ਅੰਕਲ ਅੰਦਰ ਬਹਿੰਦੇ ਨੇ, ਅਤੇ ਆਪਾਂ ਉਹਨਾਂ ਕੋਲ ਚੱਲਦੇ ਹਾਂ, ਉਹਨਾਂ ਕੋਲ ਵੱਧ ਇਨਫੋਰਮੇਸ਼ਨ ਮਿਲੂਗੀ। ਵੀਰ ਕੋ ਵੀ ਹੈਗੀ ਆ, ਪਰ ਆਪਾਂ ਅੰਦਰੋਂ ਜ਼ਿਆਦਾ ਲੈ ਕੇ ਤੁਹਾਨੂੰ ਸ਼ੋਪ ਦਿਖਾਉਂਦੇ ਹਾਂ ਵੀ ਕਿੰਨਾ ਕੁ ਕਿੰਨਾ ਮਟੀਰੀਅਲ ਪਿਆ ਹੋਇਆ, ਕਿੰਨਾ ਕੁ ਪਿਆ ਹੋਇਆ। ਗਡਾਊਨ ਤੁਸੀਂ ਦੇਖਿਆ ਹੋਣਾ ਸੂਟਾਂ ਵਾਲੇ ਕੱਪੜੇ, ਇੱਥੇ ਤੁਸੀਂ ਬੁੱਕਸ ਦਾ ਗਡਾਊਨ ਦੇਖ ਸਕਦੇ ਹਾਂ ਕਿ ਮਤਲਬ ਕਿੱਡਾ ਵੱਡਾ ਹੈ, ਇਹਨਾਂ ਕੋਲ ਕਿੰਨਾ ਜ਼ਿਆਦਾ ਮਟੀਰੀਅਲ ਆ ਅਤੇ ਕਿੰਨਾ ਕੁਛ ਇਹਨਾਂ ਕੋਲ ਪਿਆ ਆ। ਅਤੇ ਇਹ ਸਾਡੇ ਅੰਕਲ ਨੇ ਜਿਹਨਾਂ ਦੀ ਸ਼ੋਪ ਆ, ਅਤੇ ਇਹਨਾਂ ਦੇ ਪਾਰਟਨਰ ਦੇ ਨਾਲ ਮਤਲਬ ਹੈਲਪ ਕਰਦੇ ਨੇ ਜਿਹੜੇ ਕੰਮ ਵਿੱਚ, ਅਤੇ ਬਾਕੀ ਇਹਨਾਂ ਕੋਲ ਇਨਫੋਰਮੇਸ਼ਨ ਜਿਹੜੀ ਅਸੀਂ ਲੈਂਦੇ ਹਾਂ ਕਿ ਇਹਨਾਂ ਕੋਲ ਕਿੱਦਾਂ ਕਿੱਦਾਂ ਦਾ ਸਮਾਨ ਮਿਲ ਜਾਂਦਾ। ਅਤੇ ਸਰ, ਤੁਸੀਂ ਪਹਿਲਾਂ ਦੱਸ ਸਕਦੇ ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜੀ ਆਲੰਦ ਹੈ, ਕਿਰਨ ਬੁੱਕ ਸ਼ਾਪ ਦਾ ਮਾਲਕ। ਠੀਕ ਹੈ ਜੀ। ਅਤੇ ਇਹ ਇਹਨਾਂ ਦੀ ਆਪਣੀ ਸ਼ੋਪ ਆ, ਅਤੇ ਇਹਨਾਂ ਨੇ ਕਾਫੀ ਪੁਰਾਣੀ ਸ਼ੁਰੂ ਕੀਤੀ ਸੀ ਸਰ, ਇਹ ਕਦੋਂ ਸ਼ੁਰੂ ਕੀਤੀ ਸੀ, ਕਿਹੜੇ ਸਾਲ 'ਚ? ਇਹ 1980 'ਚ ਖੋਲੀ ਜੀ ਅਸੀਂ। ਇਹ 1980 'ਚ ਇਹਨਾਂ ਨੇ ਸ਼ੋਪ ਖੋਲੀ ਸੀਗੀ, ਅਤੇ ਉਦੋਂ ਇਹਨਾਂ ਨੇ ਕਾਫੀ ਕੰਮ ਕੀਤਾ ਹੈ, ਅਤੇ ਮਤਲਬ ਕਾਫੀ ਇਹਨਾਂ ਨੇ ਜਲੰਧਰ ਨੂੰ ਇਸ ਬੁੱਕਸ ਦੇ ਰਿਲੇਟਡ ਜੋੜਿਆ। ਅਤੇ ਬਾਕੀ ਇਹਨਾਂ ਕੋਲ ਜਿਹੜਾ ਮਟੀਰੀਅਲ ਆ ਸਰ, ਆਪਣੇ ਕੋਲ ਕਿਹੜਾ ਕਿੱਦਾਂ ਕਿੱਦਾਂ ਦਾ ਮਟੀਰੀਅਲ ਮਿਲ ਜਾਂਦਾ? ਮੈਡੀਕਲ। ਅੱਛਾ ਜੀ। ਇੰਜੀਨੀਅਰਿੰਗ। ਅੱਛਾ ਜੀ। ਬੱਚਿਆਂ ਦੀਆਂ ਕਿਤਾਬਾਂ। ਠੀਕ ਹੈ ਜੀ। ਸਕੂਲਾਂ ਕਾਲਜ ਵਾਲਾ, ਇਹਨਾਂ ਕੋਲ ਐਵਰੀ ਟਾਈਪ ਬੁੱਕ ਜਿਹੜੀ ਆ ਉਹ ਮਿਲ ਜਾਂਦੀ ਆ, ਪਰ ਤੁਸੀਂ ਇਹਨਾਂ ਕੋਲ ਕੋਈ ਵੀ ਡਿਮਾਂਡ ਕਰੋਗੇ ਤਾਂ ਉਹ ਮਿਲ ਜਾਂਦੀ ਆ। ਅਤੇ ਬਾਕੀ ਜਿਹੜੇ ਸਰ ਇਹ ਜੈਨੂਨ ਰੇਟਾਂ ਦੇ ਮਿਲਦੀਆਂ, ਕੋਈ ਜਿਹੜੇ ਪ੍ਰਿੰਟ ਰੇਟ ਹੁੰਦਾ ਉਹਦੇ ਨਾਲੋਂ ਘੱਟ ਵੀ ਮਿਲਦੇ ਨੇ ਜੀ? ਜਿੱਦਾਂ ਵਾਲਾ ਜਿਹੜੇ ਪ੍ਰਿੰਟ ਰੇਟਸ ਆਉਂਦੇ ਨੇ ਉਹਦੇ ਨਾਲੋਂ ਘੱਟ ਰੇਟ 'ਚ ਇਹਨਾਂ ਕੋਲ ਬੁੱਕਸ ਮਿਲਦੀਆਂ ਨੇ, ਫੁੱਲ ਡਿਸਕਾਊਂਟ, ਫੁੱਲ ਡਿਸਕਾਊਂਟ ਦੇ ਉੱਤੇ। ਅਤੇ ਬਾਕੀ ਜੇ ਮੈਡੀਕਲ ਬੁੱਕਸ, ਜਿੱਦਾਂ ਕਈ ਵਾਰੀ ਕਹਿੰਦੇ ਮੈਡੀਕਲ ਬੁੱਕਸ ਚਾਹੀਦੀਆਂ ਨੇ, ਕੁਛ ਵੀ ਬੁੱਕਸ ਚਾਹੀਦੀਆਂ ਨੇ, ਮਤਲਬ ਇਹ ਮੇਨ ਮਾਰਕੀਟ ਦੇ ਵਿੱਚ ਮੇਨ ਸ਼ੋਪ ਆ, ਤੁਸੀਂ ਇਹਨਾਂ ਕੋਲ ਆ ਕੇ ਬੁੱਕਸ ਲੈ ਸਕਦੇ ਹੋ। ਅਤੇ ਸਰ ਇਹ ਆਪਣੀ ਸ਼ੋਪ ਕਿੰਨੇ ਵਜੇ ਖੁੱਲਦੀ ਹੈ, ਕਿੰਨੇ ਵਜੇ ਕਲੋਜ਼ ਹੁੰਦੀ ਆ? ਇਹ ਸਵੇਰੇ 8 ਵਜੇ ਸ਼ੋਪ ਓਪਨ ਹੋ ਜਾਂਦੀ ਹੈ ਅਤੇ ਰਾਤ ਨੂੰ 9 ਵਜੇ ਕਲੋਜ਼ ਹੁੰਦੀ ਹੈ। ਸੰਡੇ ਕਲੋਜ਼ ਹੁੰਦੀ ਓਪਨ ਹੁੰਦੀ ਹੈ? ਲਾਸਟ ਸੰਡੇ ਸ਼ੋਪ ਕਲੋਜ਼ ਹੁੰਦੀ ਹੈ, ਬਾਕੀ ਇਹ ਐਵਰੀ ਮਤਲਬ ਡੇ ਖੁੱਲ੍ਹੀ ਹੁੰਦੀ ਆ। ਅਤੇ ਬਾਕੀ ਇਹਨਾਂ ਕੋਲ ਤੁਸੀਂ ਹੁਣ ਬੁੱਕਸ ਦੇਖ ਸਕਦੇ ਹਾਂ ਵੀ ਕਿੰਨੀਆਂ ਜ਼ਿਆਦਾ ਨੇ, ਹਰੇਕ ਟਾਈਪ ਦੀ ਬੁੱਕ ਹੈਗੀ ਆ। ਨੋਟਸ ਵੀ ਮਿਲਦੇ ਨੇ, ਜੇ ਤੁਸੀਂ ਮਤਲਬ ਨੋਟਸ ਜਿਹੜੇ ਹਰੇਕ ਚੀਜ਼ ਦੇ ਇਹਨਾਂ ਕੋਲ ਨੋਟਸ ਵੀ ਮਿਲ ਜਾਂਦੇ, ਤਾਂ ਤੁਸੀਂ ਕਈ ਵਾਰੀ ਫੋਟੋ ਕਾਪੀ ਜਾਂ ਕੁਛ ਵੀ ਹੁੰਦਾ ਕਿ ਹਾਂ। ਬਾਕੀ ਇਹਨਾਂ ਕੋਲ ਜਿਹੜੀ ਮੇਨ ਗੱਲ ਹੈ, ਇਹਨਾਂ ਕੋਲ ਹਰੇਕ ਬੁੱਕ ਵਰਲਡ ਦੀ ਤੁਸੀਂ ਕੋਈ ਵੀ ਆਣ ਕੇ ਮੰਗੋਗੇ ਉਹ ਸਾਰਿਆਂ ਨੂੰ ਜ਼ਰੂਰ ਦਿੰਦੇ ਨੇ, ਪ੍ਰੋਵਾਈਡ ਕਰਦੇ ਨੇ। ਅਤੇ ਤੁਸੀਂ ਈਜ਼ੀਲੀ ਆ ਸਕਦੇ ਹਾਂ, ਮੇਰੀ ਲੋਕੇਸ਼ਨ ਵੀ ਸ਼ੇਅਰ ਕਰ ਰਿਹਾ, ਅਤੇ ਤੁਸੀਂ ਉੱਥੇ ਜਾ ਕੇ ਇਹਨਾਂ ਦੀ ਲੋਕੇਸ਼ਨ ਚੱਕ ਕੇ ਇੱਥੇ ਆ ਸਕਦੇ ਹਾਂ। ਇਹ ਸ਼ੋਪ ਸੀਗੀ, ਸਾਰਾ ਕੁਛ ਇਹਨਾਂ ਕੋਲ ਤੁਹਾਨੂੰ ਦੱਸਤਾ ਜਦੋਂ ਇਹਨਾਂ ਕੋਲ ਮਿਲਦਾ। ਅਤੇ ਬਾਕੀ ਬਹੁਤ ਵਧੀਆ ਅੰਕਲ ਨੇ ਡੀਲ ਕੀਤਾ ਸਾਨੂੰ, ਥੈਂਕ ਯੂ ਸੋ ਮੱਚ। ਅਤੇ ਬਾਕੀ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੋਈ ਤਾਂ ਜ਼ਰੂਰ ਦੱਸਿਓ। ਅਤੇ ਇਹ ਇਹਨਾਂ ਦਾ ਕਾਰਡ ਹੈ ਸਰ, ਤੁਸੀਂ ਇਹਨਾਂ ਦੇ ਕੰਟੈਕਟ ਨੰਬਰ ਜਾਂ ਸਾਰਾ ਕੁਛ ਲੈ ਸਕਦੇ ਹਾਂ। ਇਹਨਾਂ ਨੇ ਪਿੱਛੇ ਲਿਖਿਆ ਵੀ ਹੋਏਗਾ ਨਾ ਉਹ ਕਿਹੜੀ ਕਿਹੜੀ ਤਰ੍ਹਾਂ ਦੀਆਂ ਬੁੱਕਸ ਮਿਲਦੀਆਂ ਨੇ। ਬਾਕੀ ਇਹਨਾਂ ਨੇ ਸਪੈਸ਼ਲੀ ਲਿਖਿਆ ਹੋਇਆ, ਤੁਸੀਂ ਦੇਖ ਸਕਦੇ ਹਾਂ ਪੜ੍ਹਦਾ ਦੇ ਦਿੱਤੀ ਹੋਈ ਹੈ। ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਕਰ ਦਿਓ, ਜੇ ਹੋਰ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ। ਜੇ ਤੁਹਾਨੂੰ ਇੱਦਾਂ ਦੀ ਇਨਫੋਰਮੇਸ਼ਨ ਮਾਰਕੀਟ ਬਾਰੇ ਹੋਰ ਚਾਹੀਦੀ ਹੈ ਤਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਬਾਕੀ ਮੈਂ ਇੰਸਟਾਗ੍ਰਾਮ 'ਤੇ ਵੀ ਅਵੇਲੇਬਲ ਹਾਂ, ਦਿਆ_ਕਰਨ। ਅਤੇ ਥੈਂਕ ਯੂ ਸੋ ਮੱਚ।